ਤਾਂ ਇਹਦੇ ਨਾਲ ਹੀ ਆਈਏ ਮਿੰਟੂ ਜੀ, ਇੱਧਰੋਂ ਮਾਨ ਸਾਹਿਬ ਦੀ ਫੈਮਿਲੀ ਵੀ ਪ੍ਰਚਾਰ ਕਰਦੀ ਪਈ ਆ, ਅਤੇ ਉਹ ਤਾਂ ਹੁਣ ਕਹਿ ਲਓ ਕਿ ਬਾਈ ਡਾਕਟਰ ਸਾਹਿਬ ਆ ਜਿਹੜੇ ਡਾਕਟਰ ਸਾਹਿਬਾ, ਉਹ ਤਾਂ ਗਰੰਟੀਆਂ ਦਿੰਦੇ ਫਿਰਦੇ ਜੀ, ਕਹਿੰਦੇ ਕਿ ਬਾਈ ਘਬਰਾਓ ਨਾ, ਹੌਂਸਲਾ ਰੱਖੋ, ਆ ਜਾਓ 1000-1000 ਰੁਪਈਆ ਕਿਤੇ ਨਹੀਂ ਜਾਂਦਾ ਤੁਹਾਡਾ। ਯਾਰ ਯਾਰ ਇੱਕ ਤਾਂ ਐਂ ਨਾ ਹੋਵੇ, ਮੇਰੀ ਗੱਲ ਸੁਣੋ, ਇਹ ਤਾਂ ਬੀਬਾ ਜੀ ਨੂੰ ਪੁੱਛਣਾ ਪਵੇਗਾ ਕਿ ਕਿਤੇ ਵੇਖੋ ਇਹਦੇ ਵਿੱਚ ਵੀ ਝੋਲ ਨਾ ਕਰ ਦੇਣਾ, ਕਿਉਂਕਿ ਉੱਧਰੋਂ ਰਾਹੁਲ ਗਾਂਧੀ ਕਹਿੰਦਾ ਕਿ 4 ਨੂੰ ਰਿਜ਼ਲਟ ਆਉਣਾ, 5 ਨੂੰ ਪਹਿਲੀ ਘੰਟੀ ਵੱਜ ਜਾਣੀ ਆ ਤੁਹਾਡੇ ਫੋਨਾਂ ਦੀ ਖਾਤੇ 'ਚ, 8500 ਰੁਪਈਆ ਤੁਹਾਡੇ ਅਕਾਊਂਟ 'ਚ ਆ ਜਾਊਗਾ। ਅੱਛਾ, ਖਾਤਾ ਨੰਬਰ ਲੈਣ ਦੀ ਵੀ ਲੋੜ ਨਹੀਂ, ਸਿੱਧਾ ਹੀ ਕੰਮ ਚੱਲੂਗਾ। ਡਾਟਾ, ਡਾਟਾ ਇਜ਼ ਗੋਲਡ, ਤਾਂ ਡਾਟਾ ਤਾਂ ਮੋਦੀ ਸਾਹਿਬ ਨੇ ਸਾਰਾ ਜੋੜਿਆ ਹੋਇਆ ਆਪਣਾ, ਉਹ ਕੰਮ ਲੈ ਲੈਣਗੇ, ਆਖਣਗੇ ਦਿਓ ਫਾਈਲਾਂ, ਚਾਬੀ ਦੇ ਜਾਓ ਤੁਸੀਂ, ਹਾਂ ਤੁਸੀਂ ਜਾਓ ਜੀ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਕਿਤੇ ਇਹ ਨਾ ਹੋਵੇ ਕਿ ਉਹ ਜਿਹੜਾ ਲੱਖ ਲੱਖ ਰੁਪਈਆ ਦੇਣਾ ਇਹਨਾਂ ਨੇ, ਸ਼ਾਇਦ ਪਰ ਫੈਮਿਲੀ ਕਿ ਪਰ ਲੇਡੀ ਔਰਤ ਨੂੰ ਸ਼ਾਇਦ ਆਖਿਆ ਸੀਗਾ, ਮੈਨੂੰ ਯਾਦ ਨਹੀਂ ਹੈ, ਚਲੋ ਗੱਲ ਨਾਲ ਗੱਲ ਜਿਹੜੀ ਆ ਤੁਰੀ ਆ, ਤਾਂ ਉਹ ਕਹਿੰਦੇ ਆ ਕਿ ਅਸੀਂ ਸਾਲ ਦਾ 1,00,000 ਰੁਪਈਆ ਤੁਹਾਨੂੰ ਇਸ ਤਰ੍ਹਾਂ ਪਾਉਣਾ ਹੈ। ਵੈਸੇ ਬਹੁਤ ਸ਼ਾਨਦਾਰ ਤਰੀਕੇ ਨਾਲ ਸਮਝਾਇਆ ਵੀ ਕਿ ਕਿਉਂ ਪਾਉਣਾ ਹੈ ਜੀ, ਕਿਤੇ ਇਹ ਨਾ ਹੋਣ ਕਰਨ, ਇਹ ਨਾ ਹੋਵੇ ਕਿ ਇਹ ਮੁੜ ਕੇ ਕਹਿ ਦੇਣ ਕਿ ਉਹ ਜਿਹੜਾ ਸਾਡਾ ਯਾਰ ਉੱਧਰ ਹੀ ਗਿਣ ਲਓ ਤੁਸੀਂ, ਸਰਕਾਰ ਤਾਂ ਸਾਡੀ ਉਹ ਬਣੀ ਹੈ ਨਾ। ਹਾਂ ਵੀ ਜਿਵੇਂ ਮੈਂ ਸਮਝ ਗਿਆ ਵੀ ਰਲ ਕੇ ਦੋ ਬੰਦੇ ਵਿਆਹ ਜਾਂਦੇ, ਅਗਲੇ ਕਹਿੰਦੇ ਰੈਂਕ ਰੈਂਕ ਸ਼ਗਨ ਇਕੱਠੇ ਹੀ ਪਾ ਦੇ ਯਾਰ। ਆਹੋ ਜਿਵੇਂ ਆਪਾਂ ਲਿਫਾਫੇ 'ਚ ਪਾ ਕੇ ਅਤੇ ਇੱਕ 'ਚ ਬਣਾ ਕੇ ਕਹਿੰਦੇ 1100 ਦਾ ਹੈ ਜੀ, ਹੈ ਨਾ ਜੀ, ਕਿਤੇ ਇਹ ਨਾ ਹੋਵੇ ਕਹਿ ਦੇਣ ਕਿ ਤੁਸੀਂ ਭਰਾਵਾ ਇੱਕ ਯਾਰ ਸਾਡਾ ਉੱਧਰ ਗਿਣ ਲਓ। ਇਹ ਵੀ ਸਪਸ਼ਟ ਕਰਵਾ ਲੈਣਾ ਚਾਹੀਦਾ ਬੀਬਾ ਜੀ ਨੂੰ, ਕਰ ਦੇਣਾ ਚਾਹੀਦਾ ਹੈ ਕਿ ਬਈ ਇਹ ਨਾ ਹੋਵੇ ਕੱਲ੍ਹ ਨੂੰ ਕਿ ਤੁਸੀਂ ਕਹੋ ਕਿ ਬਈ 8500 ਆ ਰਿਹਾ, ਉਹਦੇ ਵਿੱਚ ਹੀ 1000 ਆ ਗਿਆ, ਹੁਣ ਕੋਈ ਕਸਰ ਰਹਿ ਗਈ। ਇਹ ਤਾਂ ਹੁਣ ਉਹਨਾਂ ਨੂੰ ਪੁੱਛਣ ਵਾਲਾ ਬਾਈ, ਕਿਤੇ ਤਾਂ ਵਾਲੇ ਆਖਣ ਵੀ ਐਂ ਕਰੋ ਬਾਈ, ਤੁਸੀਂ ਲਿਫਾਫੇ ਜਿਹੜੇ ਅਸੀਂ ਬਣਾ ਦਿਆ ਕਰਾਂਗੇ, ਲਿਫਾਫੇ ਦਾ ਖਰਚਾ ਸਾਡਾ, ਨਾਲ ਇੱਕ ਫੋਟੋ ਸਾਡੀ, ਇੱਕ ਤੁਹਾਡੀ। ਹਾਂਜੀ ਹਾਂਜੀ ਜੀ। ਅਤੇ ਦੂਜੀ ਗੱਲ ਇਹ ਆ ਕਿ ਦੇਖੋ ਇਹ ਗਰੰਟੀਆਂ 'ਤੇ ਆਉਣਾ ਕਿਉਂ ਪਿਆ? ਤੁਹਾਨੂੰ ਯਾਦ ਹੋਣਾ ਸੁਖਪਾਲ ਸਿੰਘ ਖਹਿਰਾ ਨੇ ਇਹ ਮੁੱਦਾ ਚੁੱਕਿਆ ਕਿ ਤੁਹਾਨੂੰ ਵੋਟ ਮੰਗਣ ਤੋਂ ਪਹਿਲਾਂ ਜੀ 26,000 ਰੁਪਈਆ ਲੈ ਕੇ ਆਉਣਾ ਚਾਹੀਦਾ ਜੀ, ਕਿ ਹੁਣ ਤੱਕ 26 ਮਹੀਨੇ ਸਰਕਾਰ ਚੱਲ ਗਈ ਆ, ਤਾਂ 26,000 ਰੁਪਈਆ ਔਰਤਾਂ ਵਾਸਤੇ ਲੈ ਕੇ ਆਓ, ਅਤੇ ਉਸ ਤੋਂ ਬਾਅਦ ਤੁਹਾਡਾ ਪਿੰਡਾਂ 'ਚ ਆਉਣਾ ਬਣਦਾ। ਤਾਂ ਇਹ ਮੁੱਦਾ ਰਾਜਾ ਵੜਿੰਗ ਨੇ ਵੀ ਚੁੱਕਿਆ, ਇਹ ਮੁੱਦਾ ਅਕਾਲੀ ਦਲ ਨੇ ਵੀ ਚੁੱਕ ਲਿਆ ਕਿ ਤੁਸੀਂ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੇ। ਤਾਂ ਤੁਸੀਂ ਵੇਖੋ ਕਿ ਇਹਨਾਂ ਨੇ ਇੱਕ OPS ਦਾ ਨੋਟੀਫਿਕੇਸ਼ਨ ਜਿਹਾ ਵੀ ਜਾਰੀ ਕਰ ਦਿੱਤਾ ਸੀ, ਮੈਂ ਨੌਟੰਕੀ ਜੀ ਕੀਤੀ ਸੀਗੀ ਇਹਨਾਂ ਨੇ, ਯਾਦ ਹੋਣਾ ਤੁਹਾਨੂੰ, ਡਰਾਮਾ ਜਿਹਾ ਕਰਤਾ ਸੀਗਾ ਜੀ। ਹੁਣ ਮਾਨ ਸਾਹਿਬ ਅਤੇ ਜੋ ਬੀਬੀ ਗੁਰਪ੍ਰੀਤ ਕੌਰ ਜੀ ਹੈ, ਉਹ ਸਾਰੇ ਹੁਣ ਜਿੱਦਾਂ ਕਹਿ ਲਓ ਕਿ ਇਸ ਗੱਲ 'ਤੇ ਆ ਗਏ ਆ ਕਿ ਬਹੁਤ ਜਲਦੀ ਸਭ ਕੁਛ ਹੋ ਜਾਏਗਾ, ਮਤਲਬ ਜਿਹੜੇ ਵਾਅਦੇ ਕੀਤੇ ਆ ਉਹਨਾਂ ਨੂੰ ਦੁਬਾਰਾ ਇੱਕ ਗਰੰਟੀ ਦਿੱਤੀ ਜਾ ਰਹੀ ਹੈ ਪੂਰਿਆਂ ਕਰਨ ਦੀ ਕਿ ਸਾਨੂੰ ਤੁਸੀਂ ਤਕੜੇ ਹੋ ਕੇ ਜਿਤਾਓ, ਵੋਟਾਂ ਦੇਵੋ, ਅਸੀਂ ਇਹ ਗਰੰਟੀਆਂ ਜਿਹੜੀਆਂ ਨੇ ਉਹ ਪੱਕੀਆਂ ਪੂਰੀਆਂ ਕਰ ਦੇਵਾਂਗੇ ਜੀ। ਉਹ ਇਸੇ ਕਰਕੇ ਆਉਣਾ ਪਿਆ ਉਹਨਾਂ 'ਤੇ, ਪਹਿਲਾਂ ਤਾਂ ਇਹ ਗੱਲ ਛੇੜਦੇ ਹੀ ਨਹੀਂ ਸੀਗੇ ਕਿ ਜੇ ਇਹ ਰਾਗ ਛੇੜਾਂਗੇ ਤਾਂ ਉਹਦਾ ਸਾਨੂੰ ਹੀ ਨੁਕਸਾਨ ਹੋਣਾ ਹੈ। ਹੁਣ ਜਦੋਂ ਵੇਖਿਆ ਕਿ ਇਹਦੇ 'ਤੇ ਤਾਂ ਅਸੀਂ ਘਿਰਦੇ ਹਾਂ ਯਾਰ, ਵਿਰੋਧੀ ਚਰਚਾਵਾਂ ਛੇੜਦੇ ਆ, ਤਾਂ ਫਿਰ ਜਦੋਂ ਹੀ ਇਹਨਾਂ ਦੀ ਸੂਈ ਇੱਧਰ ਆ ਗਈ। OPS ਦੀ ਵੀ ਗੱਲ ਕਰਦੇ ਆ, ਸ਼ਾਇਦ ਤੁਸੀਂ ਦੇਖਿਆ ਹੋਣਾ, ਹੁਣ ਮਾਨ ਸਾਹਿਬ ਜੀ ਉਹਨੇ ਨਾ ਕੋਈ ਪਤਾ ਨਹੀਂ ਸਮੇਂ ਦਾ ਕਦੋਂ ਫਿਰ ਜਾਵੇ, ਪਤਾ ਉਦੋਂ ਲੱਗਦਾ ਜਦੋਂ ਪੰਛੀ ਪਿੰਜਰੇ ਦੇ ਵਿੱਚ ਘਿਰ ਜਾਵੇ। ਇਹ ਸਮੇਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਫਿਰ ਜਾਂਦਾ, ਜਦੋਂ ਫਿਰ ਜਾਂਦਾ ਪੰਛੀ ਪਿੰਜਰੇ 'ਚ ਘਿਰ ਜਾਂਦਾ। ਹੁਣ ਜਦੋਂ ਘਿਰ ਗਏ ਇਹਨਾਂ ਨੂੰ ਯਾਦ ਆਇਆ ਕਿ ਹਾਂ ਯਾਰ ਇੱਥੇ ਅਸੀਂ ਘਿਰ ਰਹੇ ਹਾਂ, ਨੁਕਸਾਨ ਹੋ ਰਿਹਾ, ਤਾਂ ਹੁਣ ਇਹਨਾਂ ਨੇ ਫਿਰ ਲੱਕੜ ਦਾ ਮੁੰਡਾ ਬਣਾ ਲਿਆ OPS।
ਹੁਣ ਕੀ ਕਹਿ ਰਹੇ ਆ, ਹੁਣ ਕਹਿ ਰਹੇ ਆ, ਪਹਿਲਾਂ ਵੇਖੋ ਨੋਟੀਫਿਕੇਸ਼ਨ ਉਈਓ ਹੀ ਹਵਾ 'ਚ ਹੀ ਤੀਰ, ਹੁਣ ਕਹਿੰਦੇ ਆ ਕਿ ਜੇ ਤੁਸੀਂ ਸਾਨੂੰ ਜਿਤਾਓਗੇ ਤਾਂ ਜਿਹੜਾ 20,000 ਕਰੋੜ ਰੁਪਈਆ ਕੇਂਦਰ ਕੋਲ ਪਿਆ ਵਾ ਉਹ ਅਸੀਂ ਲੈ ਕੇ ਆਵਾਂਗੇ ਅਤੇ ਓ ਪੀ ਐੱਸ ਲਾਗੂ ਕਰ ਦੇਵਾਂਗੇ। ਯਾਨੀ ਹੁਣ ਸਾਰਾ ਟੱਬਰ ਜਿਹੜਾ ਉਹ ਇਸ ਪਾਸੇ ਹੋ ਗਿਆ ਕਿ ਇਸ ਗੱਲ ਦੀ ਗਰੰਟੀ ਆ ਕਿ ਜਿਹੜੀਆਂ 2.5 ਸਾਲ ਪਹਿਲਾਂ ਗਰੰਟੀਆਂ ਦਿੱਤੀਆਂ ਸੀ ਉਹ ਪੂਰੀਆਂ ਹੋ ਜਾਣਗੀਆਂ। ਮਤਲਬ ਕਿ ਗਰੰਟੀ 'ਤੇ ਵੀ ਗਰੰਟੀ ਦੇਣੀ ਪੈ ਰਹੀ ਆ, ਉੱਧਰੋਂ ਮੋਦੀ ਜੀ ਕੀ ਗਰੰਟੀ ਆ, ਉੱਧਰੋਂ ਮਾਨ ਜੀ ਦੀ ਗਰੰਟੀ ਆ। ਹੁਣ ਦੇਖੋ ਇਹਨਾਂ ਗਰੰਟੀਆਂ ਦੇ ਵਿੱਚੋਂ ਕਿਹਦੀ ਗਰੰਟੀ ਜਿਹੜੀ ਹੈ ਉਹ ਲੋਕ ਮਤਲਬ ਕਿ ਲੈਂਦੇ ਨੇ ਕਿ ਹਾਂ ਬਾਈ ਇਹਦੇ 'ਤੇ ਵਿਸ਼ਵਾਸ ਕਰਦੇ ਨੇ, ਕਿਹਦੀ ਗਰੰਟੀ ਜਿਹੜੀ ਹੈ ਉਹਦੀ ਚੰਟੀ ਹੋ ਜਾਂਦੀ ਹੈ, ਇਹ ਕੋਈ ਪਤਾ ਨਹੀਂ ਹੈ। ਸੋ ਇਹਦੀ ਕੋਈ ਗਰੰਟੀ ਨਹੀਂ ਹੈ ਕਹਿ ਸਕਦੇ ਹਾਂ। ਜੀ ਜੀ, ਉੱਪਰਲੇ ਪਾਸੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਰਨ ਜੀ ਦਾ, ਜੀ ਉਹ ਕਹਿੰਦੇ ਪਏ ਸੀ ਕਿ ਬਾਈ ਬੀਬੀਆਂ ਨੂੰ ਬੇਨਤੀ ਹੈ ਕਿ 1,000-1,000 ਰੁਪਈਆ ਨਾ ਮੰਗੋ ਜੀ, ਕਹਿੰਦੇ ਕਿ ਇਹ ਤਾਂ 12,000 ਕਰੋੜ ਸਮਥਿੰਗ ਕਰੇ ਸੀ, 12,000 ਕਰੋੜ ਕਹਿੰਦੇ ਕਿ ਪਰ ਈਅਰ ਕਣਕ ਕੇ ਕਰਜ਼ਾ ਚੜ੍ਹ ਜਾਣਾ ਪੰਜਾਬ ਦੇ ਸਿਰ ਦੇ ਉੱਤੇ ਜੀ ਕਹਿੰਦੇ ਪਏ ਆ। ਅਤੇ ਇਹਦੇ ਨਾਲ ਹੀ ਚੇਤਨ ਮਾਨ ਜੀ ਇਹ ਧੰਨਵਾਦ ਦੁਬਾਰਾ ਕੰਟਰੀਬਿਊਟ ਕੀਤਾ, ਨਾਲ ਹੀ ਕਹਿੰਦੇ ਪਏ ਜੀ ਨਸ਼ਾ ਅਤੇ ਬੇਅਦਬੀ ਦਾ ਮੁੱਦਾ ਕਹਿੰਦੇ ਕਿ ਇਸ ਬਾਰ ਗਾਇਬ ਆ ਜੀ, ਕਹਿੰਦੇ ਕਿ ਅਸੀਂ ਉਹਦੇ 'ਤੇ 2 ਵਾਰੀ ਗੱਲ ਕੀਤੀ ਆ ਚੱਲਦੀ ਚੋਣ 'ਚ, ਅਤੇ 2 ਵਾਰੀ ਨਿਚੋੜ ਕੱਢ ਕੇ ਸਾਡਾ ਤਾਂ ਇਹੋ ਹੀ ਆਖਣਾ, ਕਿਉਂਕਿ ਹੁਣ ਇਹ ਸਾਰੇ ਇੱਕੋ ਜਿਹੇ ਹੋ ਗਏ ਆ, ਇਹ ਸਾਰੇ ਹੀ ਦਲ ਇੱਕੋ ਜਿਹੇ ਹੋ ਗਏ ਆ, ਹੁਣ ਇਹਨਾਂ ਮੁੱਦਿਆਂ ਦੀ ਕੋਈ ਵਕਤ ਨਹੀਂ ਹੈ। ਹੁਣ ਕੋਈ ਨਵਾਂ ਉੱਠੇਗਾ ਉਹ ਕਹੇਗਾ ਮੈਨੂੰ ਬਣਾਓ ਮੈਂ ਕੰਮ ਨਿਬੇੜੂੰਗਾ ਜੀ। ਇਹ ਤਿੰਨੇ ਹੀ ਅਕਾਲੀ ਦਲ ਬਾਦਲ, ਭਾਜਪਾ ਵੀ ਗਿਣ ਲਓ, ਕਾਂਗਰਸ ਅਤੇ ਆਮ ਆਦਮੀ ਪਾਰਟੀ, ਉਹ ਐਕਸਪੋਜ਼ ਹੋ ਚੁੱਕੇ ਆ ਬਿਲਕੁਲ। ਇਹਦੇ 'ਤੇ ਉਹਨਾਂ ਦੀ ਸਾਰੀ ਪੋਲ ਪੱਟੀ ਖੁੱਲ੍ਹ ਚੁੱਕੀ ਹੈ। ਬੇਅਦਬੀਆਂ 'ਤੇ ਕੌਣ ਬੋਲੇਗਾ? ਹੁਣ ਕਿਸੇ ਦੇ ਰਾਜ ਦੇ ਵਿੱਚ ਹੋਈ, ਕਿਸੇ ਨੇ ਉਹਦੇ ਨਾਮ 'ਤੇ ਵੋਟ ਮੰਗੀ, ਕਿਸੇ ਨੇ ਵਾਅਦਾ ਕੀਤਾ ਕਿ ਨਿਆਂ ਹੋਏਗਾ, ਉਹ ਨਿਆਂ ਦੇਣ 'ਚ ਸਫਲ ਰਿਹਾ, ਕਿਹੜਾ ਚੱਕੇਗਾ ਮੁੱਦਾ ਦੱਸੋ? ਡਰੱਗ ਦਾ ਕਿਸੇ ਨੇ ਆਖਿਆ 2 ਮਹੀਨਿਆਂ 'ਚ ਅਸੀਂ ਡਾ ਦਿਆਂਗੇ ਬੂੰਦੀਆਂ, ਕਿਸੇ ਨੇ ਗੁਟਕਾ ਸਾਹਿਬ ਵੀ ਚੁੱਕ ਲਿਆ ਕਿ ਮੈਂ ਤਾਂ 28 ਦਿਨਾਂ 'ਚ ਹੀ ਭੋਗ ਪਾ ਦੂੰਗਾ ਜੀ, ਫਿਰ ਉਹ ਮੁੜ ਕੇ ਮੁੱਕਰ ਗਿਆ ਜੀ। ਬਜ਼ੁਰਗੀ ਦੀ ਅਵਸਥਾ 'ਚ ਵੀ ਝੂਠ ਦਾ ਕੁਫਰ ਦਾ ਇੰਤਹਾ, ਅਤੇ ਫਿਰ ਆਏ ਆ ਮਹਾਰਥੀ ਕਿ ਪੁਲਿਸ ਨੂੰ ਖੁੱਲ੍ਹ ਦੇ ਦਿਆਂਗੇ ਸਾਨੂੰ ਲਿਆਓ, ਫਿਰ ਇਹ ਦੁਬਾਰਾ ਆਏ। 60 ਦਿਨ ਵਾਲਾ ਪਹਿਲਾਂ ਵੀ ਵਾਅਦਾ ਇਹਨਾਂ ਦਾ ਹੀ ਸੀਗਾ ਜੀ, ਐਤਕੀ ਇਹਨਾਂ ਨੇ ਵਾਅਦਾ ਨਹੀਂ ਸੀ ਕੀਤਾ ਅਮਰਿੰਦਰ ਸਿੰਘ ਦਾ ਹਸ਼ਰ ਦੇਖ ਕੇ ਜੀ। ਤਾਂ ਮਤਲਬ ਕਿ ਇਹ ਕੀ ਡਰੱਗ ਦੀ ਗੱਲ ਕਰਨਗੇ? ਅਕਾਲੀ ਭਾਜਪਾ ਵਾਲੇ ਤਾਂ ਕਰਨੋ ਹੀ ਰਹੇ, ਕੌਣ ਕਰੇਗਾ? ਹੁਣ ਉਹ ਕਰੇਗਾ ਜਿਹਨੂੰ ਇਹ ਉੱਠੇਗਾ ਕਿ ਹਾਂ ਯਾਰ ਮੈਂ ਇਸ ਮੁੱਦੇ 'ਤੇ ਗੱਲ ਕਰਾਂ ਅਤੇ ਸ਼ਾਇਦ ਲੋਕ ਮੇਰੇ 'ਤੇ ਯਕੀਨ ਕਰ ਲੈਣ। ਉਹ ਬਾਅਦ ਦੀ ਗੱਲ ਆ ਕਿ ਉਹ ਕੀ ਕਰਦਾ, ਪਰ ਇਹ ਬੰਦੇ ਇਹ ਦਲ ਹੁਣ ਗੱਲ ਕਰਨ ਦੇ ਕਾਬਲ ਹੀ ਨਹੀਂ ਰਹੇ ਜੀ। ਜੀ ਜੀ, ਅਮਨ ਜੀ ਇਹ ਕਹਿੰਦੇ ਸੀ ਕਿ ਰੇਤੇ ਬਾਰੇ, ਬਾਈ ਹੁਣ ਕੋਈ ਨਹੀਂ ਗੱਲ ਕਰਦਾ ਰੇਤੇ ਰੁਤੇ ਬਾਰੇ, ਕਿਸੇ ਚੀਜ਼ ਬਾਰੇ ਕੋਈ ਗੱਲ ਨਹੀਂ, ਰੇਤਾ ਮਿੱਟੀ ਹੋ ਗਿਆ ਨਾ ਲਈ ਹੋ ਗਿਆ ਜੀ ਜੀ। ਜੱਜ ਜੀ ਕਹਿੰਦੇ ਵੀ 8,500 ਤਾਂ ਰਾਹੁਲ ਵਾਲਾ ਆਉਣਾ ਜੀ, ਅਤੇ 1,000 ਇਹਨਾਂ ਨੂੰ ਦੇਣਾ ਹੀ ਪੈਣਾ ਜੀ। ਚਲੋ ਕੋਈ ਨਹੀਂ, ਫਿਰ ਮੱਥਾ ਲਾਈ ਰੱਖਿਓ ਬਾਈ, ਗੱਲ ਵੀ ਐਡਜਸਟਮੈਂਟ ਨਾ ਕਰ ਲੈਣ ਰਲ ਕੇ, ਧਿਆਨ ਰੱਖਿਓ ਕਿਤੇ ਜੀ 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 ਜੀ। ਤਾਂ ਇਹਦੇ ਨਾਲ ਮੈਂ ਕੋਈ ਕਮੈਂਟ ਹੋਰ ਦੇਖ ਲੈਂਦਾ ਜੀ। ਤਾਂ ਇੱਧਰੋਂ ਬਈ ਆਪਾਂ ਗੱਲਬਾਤ ਕੀਤੀ ਹੋਈ ਆ, ਖਡੂਰ ਸਾਹਿਬ ਬਾਰੇ ਵੀ ਗੱਲਬਾਤ ਕੀਤੀ ਹੋਈ ਆ, ਫਰੀਦਕੋਟ ਦੀ ਗੱਲ ਵੀ ਕੀਤੀ ਹੋਈ ਆ। ਹੁਣ ਜਦੋਂ ਕੋਈ ਮਾਹੌਲ ਬਣਿਆ ਜਾਂ ਕੋਈ ਅਪਡੇਟ ਆਈ ਫਿਰ ਆਪਾਂ ਦੁਬਾਰਾ ਗੱਲ ਕਰ ਲਾਂਗੇ, ਕਿਉਂਕਿ ਵਾਰ ਵਾਰ ਜੇ ਆਪਾਂ 21 ਹਲਕੇ ਦੀ ਗੱਲ ਕਰਾਂਗੇ ਤਾਂ ਉਹਦੇ ਚੱਕਰ ਦੇ ਵਿੱਚ ਫਿਰ ਦੂਜੀਆਂ ਖਬਰਾਂ ਜਿਹੜੀਆਂ ਉਹ ਰਹਿ ਜਾਂਦੀਆਂ ਨੇ ਜੀ। ਇੱਧਰੋਂ ਸਾਹਿਲ ਜੀ ਇਹ ਕਹਿੰਦੇ ਪਏ, ਮਿੰਟੂ ਜੀ ਕਹਿੰਦੇ ਕਿ 31 ਤਰੀਕ ਨੂੰ ਕਹਿੰਦੇ ਕਿ ਮੌਨਸੂਨ ਕੇਰਲਾ 'ਚ ਆ ਜਾਣਾ ਜੀ, ਕਹਿੰਦੇ ਕਿ ਹਾਂ ਜੀ ਪਹਿਲਾਂ 25 ਦਾ ਸੀਗਾ ਸ਼ਾਇਦ, 25 ਤੋਂ 31 5-6 ਦਿਨ ਰੱਖੇ ਜਾਂਦੇ ਆ, ਪਹਿਲਾਂ ਵੀ ਹੋ ਸਕਦੇ ਬਾਅਦ ਦੇ ਵਿੱਚ ਵੀ ਹੋ ਸਕਦੇ ਆ। ਤਾਂ 1 ਮਹੀਨੇ ਦਾ ਫਿਰ ਆਪਣਾ ਸਫ਼ਰ ਲਾ ਲਓਗਾ,
ਇਹਦਾ ਮਤਲਬ ਹੈ ਕਿ 25 ਜੂਨ ਤੋਂ 1 ਜੁਲਾਈ ਦੇ ਦਰਮਿਆਨ ਫਿਰ ਆਪਣੇ ਪੰਜਾਬ 'ਚ ਮੌਨਸੂਨ ਦਸਤਕ ਦੇਵੇਗਾ। ਪਰ ਪ੍ਰੀ ਮੌਨਸੂਨ ਬਾਰਿਸ਼ ਦੀ ਬੜੀ ਜ਼ਰੂਰਤ ਆ, ਖਾਸ ਤੌਰ 'ਤੇ ਆ ਜਿਹੜੇ ਆਪਾਂ 4-5 ਸਟੇਟਾਂ 'ਚ ਰਹਿ ਰਹੇ ਵਿਛਣਦੇ ਹਾਂ। ਜੇ ਇੱਥੇ ਮੀਂਹ ਨਾ ਪਿਆ, ਉੱਧਰੋਂ ਵੋਟਾਂ ਪੈ ਗਈਆਂ ਅਤੇ ਮਾਨ ਹੋਰਾਂ ਨੇ ਠੰਡੀਆਂ ਥਾਵਾਂ ਨੂੰ ਨਿਕਲ ਜਾਣਾ, ਜੇ ਆਪਣੀ ਕਿਸੇ ਨੇ ਬਾਂਹ ਨਹੀਂ ਫੜਨੀ, ਕੱਟ ਵੇਖੋ ਕਿੰਨੇ ਲੱਗਦੇ, ਕਿਸੇ ਨੇ ਤੇਰੀ ਬਾਤ ਪੁੱਛਣੀ। ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ।